ਆਸਟ੍ਰੇਲੀਆ ਦੇ ਸਿਡਨੀ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ। ਦੱਸ ਦਈਏ ਕਿ ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਮਨਜੀਤ ਸਿੰਘ ਪੰਡਾਲ, ਜੋ ਕਿ ਆਇਰਨ ਮੈਨ ਦੇ ਨਾਮ ਨਾਲ ਦੁਨੀਆ ਭਰ 'ਚ ਮਸ਼ਹੂਰ ਹਨ, ਨੇ ਸਿਡਨੀ 'ਚ ਆਪਣਾ ਹੁਨਰ ਦਿਖਾਇਆ। ਉਹਨਾਂ ਦੇ ਨਾਲ ਉਹਨਾਂ ਦੀ ਭਤੀਜੀ ਵੀ ਸੀ। ਦੁਨੀਆ ਦਾ ਸਭ ਤੋਂ ਵੱਧ ਦੰਦਾਂ ਦੇ ਨਾਲ, ਆਪਣੇ ਕੰਨਾਂ ਦੇ ਨਾਲ, ਆਪਣੇ ਵਾਲਾਂ ਦੇ ਨਾਲ, ਆਪਣੇ ਅੱਖਾਂ ਦੇ ਭਰਵੱਟਿਆਂ ਦੇ ਨਾਲ ਭਾਰ ਚੱਕਣ ਖਿੱਚਣ ਵਾਲਾ ਜਿਹੜਾ ਸ਼ਖਸ ਹੈ, ਉਹ ਅੱਜ ਤੁਹਾਡੇ ਦਰਮਿਆਨ ਇੰਗਲੈਂਡ ਤੋਂ ਸਰਦਾਰ ਮਨਜੀਤ ਸਿੰਘ ਜੀ, ਜਿਹੜਾ ਕਿ ਜਿਹਨਾਂ ਦਾ ਪਿੰਡ ਗਣੇਸ਼ ਭਾਲਤਾ ਮਾਲਪੁਰ ਦੀ ਏਰੀਆ ਹੁਸ਼ਿਆਰਪੁਰ ਦੀ ਧਰਤੀ ਹੈ, ਸਨ 1977 ਤੋਂ ਉਹ ਇੰਗਲੈਂਡ ਦੇ ਵਿੱਚ ਆ ਵਸੇ, ਔਰ ਉਹਨਾਂ ਦੇ ਜਿਹੜੇ ਸ਼ੌਂਕ ਨੇ ਉਹ ਅਵੱਲੇ ਨੇ। ਇਕੱਲੇ ਉਹਨਾਂ ਦੇ ਸ਼ੌਂਕ ਅਵੱਲੇ ਨਹੀਂ, ਉਹਨਾਂ ਦੇ ਪਰਿਵਾਰ ਦੇ ਸ਼ੌਂਕ ਵੀ ਅਵੱਲੇ ਨੇ, ਔਰ ਜਿਹੜਾ ਉਹਨਾਂ ਦੇ ਪਰਿਵਾਰ 'ਚੋਂ ਉਹਨਾਂ ਦੀ ਭਾਣਜੀ ਨਾਲ ਆਈ ਹੈ, ਉਹ ਵੀ ਆਪਣੇ ਵਾਲਾਂ ਦੇ ਨਾਲ ਤੁਹਾਨੂੰ ਇਹ ਜਿਹੜੀ ਵੈਨ ਹੈ ਉਹ ਖਿੱਚ ਕੇ ਵਿਖਾਲੇਗੀ। ਸਿਡਨੀ 'ਚ ਮਨਜੀਤ ਸਿੰਘ ਨੇ ਆਪਣਾ ਹੁਨਰ ਦਿਖਾਉਂਦੇ ਹੋਏ ਆਪਣੇ ਕੰਨ ਦੇ ਨਾਲ ਵੈਨ ਖਿੱਚੀ। ਮਨਜੀਤ ਸਿੰਘ ਦੀ ਉਮਰ ਤਕਰੀਬਨ 70 ਸਾਲ ਹੈ। ਇਸ ਦੇ ਨਾਲ ਹੀ ਉਹ ਆਪਣੀ ਭਤੀਜੀ ਕੰਚਨ ਦੇ ਨਾਲ ਉਸ ਥਾਂ 'ਤੇ ਮੌਜੂਦ ਸੀ। ਗੌਰਤਲਬ ਹੈ ਕਿ ਮਨਜੀਤ ਸਿੰਘ ਦੀ ਭਤੀਜੀ ਨੇ ਆਪਣੇ ਵਾਲਾਂ ਦੇ ਨਾਲ ਵੈਨ ਨੂੰ ਖਿੱਚਿਆ ਅਤੇ ਦੋਨਾਂ ਨੇ ਗਿਨੀਜ਼ ਬੁੱਕ 'ਚ ਆਪਣਾ ਨਾਂ ਵੀ ਦਰਜ ਕਰਾਇਆ ਹੋਇਆ। ਜੀ ਆਇਰਨ ਮੈਨ ਅਤੇ ਕੰਚਨ ਸਾਡੇ ਨਾਲ ਨੇ। ਆ ਕੰਚਨ, ਤੁਹਾਨੂੰ ਕਾਹਤੋਂ ਸ਼ੌਂਕ ਹੈ ਇਹ ਖਿੱਚਣ ਦਾ, ਕਾਹਤੋਂ ਖਿੱਚ ਰਹੇ ਹੋ ਤੁਸੀਂ? ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਕੰਚਨ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ? ਤੇ ਹੁਣ ਇੱਥੇ ਸਿਡਨੀ ਮਿਲਣ ਆਏ ਹੋ ਕਿਸੇ ਨੂੰ? ਅੱਛਾ, ਤੇ ਕਿਵੇਂ ਲੱਗ ਰਿਹਾ ਸਾਡਾ ਸਿਡਨੀ ਸ਼ਹਿਰ ਤੁਹਾਨੂੰ? ਇੰਜੋਏ ਕਰ ਰਹੇ ਹੋ? ਅੱਜ ਅਸੀਂ ਗਲੈਨਵੁੱਡ ਗੁਰੂਘਰ ਸਿਡਨੀ ਦੇ ਵਿੱਚ ਮੌਜੂਦ ਹਾਂ। ਅੱਜ ਸਾਡੇ ਕੋਲ ਸਾਡੇ ਬੜਾ ਫਖਰ ਹੈ ਸਾਨੂੰ ਕਿ ਆਪਣੇ ਮਨਜੀਤ ਸਿੰਘ ਪੰਡਾਲ ਔਰ ਕੰਚਨ, ਮਨਜੀਤ ਸਿੰਘ ਜਿਹਨੂੰ ਆਪਾਂ ਆਇਰਨ ਮੈਨ ਦੇ ਤੌਰ 'ਤੇ ਕਹਿੰਦੇ, UK ਤੋਂ ਸਾਡੇ ਕੋਲ ਪਧਾਰੇ ਹੋਏ ਨੇ। ਇਹਨਾਂ ਦੇ ਨੌਜਵਾਨ ਦੀ 70 ਸਾਲ ਦੀ ਉਮਰ ਹੈ ਔਰ 70 ਵਰਲਡ ਰਿਕਾਰਡ ਉਹਨਾਂ ਦੇ ਨਾਂ ਦੇ ਆ, ਅਤੇ ਉਹਨਾਂ ਨੂੰ ਅਸੀਂ ਬਹੁਤ ਬਹੁਤ ਜੀ ਆਇਆਂ ਕਹਿੰਦੇ ਹਾਂ। ਅੱਜ ਉਹਨਾਂ ਨੇ ਸਾਰੀ ਸੰਗਤ ਦੇ ਸਾਹਮਣੇ ਆਪਣੇ ਕਰਤੱਵ ਦਿਖਾਏ ਨੇ। ਗੁਰੂ ਘਰ ਦੀ ਜਿਹੜੀ ਵੈਨ ਆ, ਜਿੱਥੇ ਗੁਰੂ ਘਰ ਸ਼ੋਭ ਹੁੰਦੇ ਆ, ਉਸ ਨੂੰ ਆਪਣੇ ਕੰਨਾਂ ਦੇ ਨਾਲ ਖਿੱਚਿਆ। ਉਹਨਾਂ ਦੀ ਜਿਹੜੀ ਭਾਣਜੀ ਕੰਚਨ ਹੈ, ਉਹਨੇ ਉਸੇ ਵੈਨ ਨੂੰ ਆਪਣੇ ਵਾਲਾਂ ਦੇ ਨਾਲ ਖਿੱਚਿਆ। ਸੋ ਸਾਰੀ ਸੰਗਤ ਦੇ ਵੱਲੋਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਨਜੀਤ ਸਿੰਘ ਨੇ ਗੁਰਦੁਆਰਾ ਬਾਰਕਲੀ ਸਾਹਿਬ 'ਚ ਪਹੁੰਚ ਕੇ ਆਪਣੇ ਕੰਨਾਂ ਦੇ ਨਾਲ ਵੈਨ ਨੂੰ ਖਿੱਚਿਆ ਅਤੇ ਉਹਨਾਂ ਦੀ ਭਤੀਜੀ ਨੇ ਵੀ ਆਪਣੇ ਵਾਲਾਂ ਦੇ ਨਾਲ ਵੈਨ ਨੂੰ ਖਿੱਚਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਉਹਨਾਂ ਨੇ 7 ਵੱਖੋ ਵੱਖ ਤਰ੍ਹਾਂ ਦੇ ਕਾਰਨਾਮੇ ਗਿਨੀਜ਼ ਬੁੱਕ ਵਿੱਚ ਦਰਜ ਕਰਾਏ ਹਨ। ਇਸ ਦੇ ਨਾਲ ਹੀ ਉਹਨਾਂ ਦੇ ਨਾਂ ਗਿਨੀਜ਼ ਬੁੱਕ ਰਿਕਾਰਡ ਦੇ ਵਿੱਚ 70 ਤੋਂ ਵੱਧ ਰਿਕਾਰਡ ਦਰਜ ਹਨ। ਬਹੁਤ ਖੁਸ਼ੀ ਹੋਈ ਇੱਥੇ ਆਪਣੇ ਆਸਟ੍ਰੇਲੀਆ ਵਿੱਚ ਆ ਕੇ, ਔਰ ਜਦੋਂ ਮੈਂ ਕੰਨਾਂ ਨਾਲ ਬੱਸ ਖਿੱਚੀ ਹੈ ਅਤੇ ਮੇਰੇ ਸਾਰੇ ਵੀਰਾਂ ਨੇ ਇਕੱਠੇ ਹੋ ਕੇ ਰਲ ਕੇ ਮਾਇਆ ਇਕੱਠੀ ਕੀਤੀ ਮੈਨੂੰ ਦੇਣ ਵਾਸਤੇ, ਅਤੇ ਮੈਂ ਪਹਿਲਾਂ ਕਿਹਾ ਸੀ ਭਾਈ ਉਹਨਾਂ ਨੂੰ ਕਿ ਸਿੱਧੂ ਸੰਧੂ ਸਾਹਿਬ ਨੂੰ ਕਿ ਮੈਂ ਜਿਹੜੀ ਵੀ ਮਾਇਆ ਇਕੱਠੀ ਹੋਊਗੀ ਉਹ ਮੈਂ ਚੈਰਿਟੀ ਨੂੰ ਦੇਵਾਂਗਾ ਮੇਰੇ ਵੱਲੋਂ ਗੁਰਦੁਆਰੇ ਦੀ ਚੈਰਿਟੀ ਵਾਸਤੇ। ਮਨਜੀਤ ਸਿੰਘ ਨੇ ਇਸ ਦੌਰਾਨ ਇਕੱਠੀ ਕੀਤੀ ਸਾਰੀ ਆਮਦਨ ਗੁਰਦੁਆਰਾ ਬਾਰਕਲੀ ਸਾਹਿਬ ਦੇ ਲਈ ਦਾਨ ਕਰ ਦਿੱਤੀ।